सूबे दे अंदर कानून दा खौफ इस कदर खत्म हुंदा जा रहा है कि आए दिन पंजाब दे विच गुंडागर्दी अते कातलोगारत वर्गियां जिहड़ियां घटनावां ने उह सामने आ रहियां ने। ताजा मामला सामने आया फिरोजपुर दे कस्बा मल्लांवाला तों, जिथे कि एक गुरसिख परिवार दे घर अंदर दाखल होके दियोर दे वल्लों बेशर्म गुंडागर्दी करदे ककारां दी बेइज्जती कीती गई है, जिस नूं लैके पुलिस दे वल्लों जांच भी कीती जा रही है। पहली तो ही जी लड़ाई भाजी ਕਿਨਾਂ ਨੇ ਕੀਤੀ ਲੜਾਈ? ਮੇਰੀ ਜਠਾਣੀ ਹੀ ਮਤਲਬ ਉਹਦੀਆਂ ਇੱਥੇ ਰਹਿੰਦੀ ਸੀ ਪਹਿਲਾਂ, ਇੱਥੋਂ ਹੁਣ ਚਲੀ ਗਈ ਹੈ, ਉਹਨੂੰ ਵੀ 10-15 ਸਾਲ ਹੀ ਹੋ ਗਏ ਆ। ਇੱਥੋਂ ਮੇਰਾ ਦਿਓਰ ਮਰ ਗਿਆ, ਉੱਥੇ ਜਾ ਕੇ ਬੰਦਾ ਕੀਤਾ, ਉਹ ਵੀ ਮਰ ਗਿਆ, ਤੀਜਾ ਉਹਨੇ ਕਰ ਲਿਆ ਅਤੇ ਅਸੀਂ ਹਿੱਸਾ ਠੇਕਾ ਵੀ ਦਿੰਦੇ ਸੀਗੇ। ਅਤੇ ਫਿਰ ਮੇਰੇ ਮੁੰਡੇ ਨੂੰ ਉਹਨੇ ਫੋਨ ਕੀਤਾ, ਮੇਰਾ ਮੁੰਡਾ ਕਹਿੰਦਾ ਚਾਚੀ ਕੁੜੀਆਂ ਦੇ ਵੀ ਖਾਤੇ ਨੰਬਰ ਦੇ ਦੇ, ਤੈਨੂੰ ਪੈਸੇ ਦੇ ਦਿੰਦੇ ਹਾਂ। ਉਹਨੇ ਸ਼ਿੰਗਾਰੇ ਹੋਣ ਫੋਨ ਲਾ ਦਿੱਤਾ, ਸ਼ਿੰਗਾਰੇ ਹੋਣ ਆ ਕੇ ਮਿਲ ਕੇ ਪਹਿਲਾਂ ਉਹਨੇ ਠਾਣਾ ਬੰਨ੍ਹ ਦਿੱਤਾ ਮੱਲਾ ਵਾਲੇ ਵਾਲਾ। ਫਿਰ ਉਹਨਾਂ ਨੂੰ ਪੈਲੀ ਵਹਾਉਣ ਗਈ ਚਲੀ, ਪਹਿਲਾਂ ਵੀ ਉਹਨਾਂ ਅੱਧਾ ਕਿੱਲਾ ਸਾਡੀ ਪੈਲੀ ਵਾਹੀ ਸੀ, ਉਹਨਾਂ ਬੀਜਿਆ ਸੀ ਅੱਧਾ ਕਿੱਲਾ ਪੋਸਤਾ, ਉਹ ਕਿਸੇ ਨੇ ਫੜਾ ਦਿੱਤਾ, ਕਹਿੰਦੇ ਤੂੰ ਫੜਾਇਆ ਪਹਿਲਾਂ ਉਹਨਾਂ ਅੱਧਾ ਕਿੱਲਾ ਸਾਡੀ ਪੈਲੀ ਵਾਹਲੀ। ਫਿਰ ਮੈਂ ਇੰਨਾ ਹੀ ਡੱਕਣਾ ਸੀ ਵੀ ਅੱਕੀ ਗਿਆ ਆਪਦੀ ਪੈਲੀ ਦੇਈ, ਗੁਰਮੀਤ ਸਾਡੀ ਪੈਲੀ ਨਾ ਦੇਈ। ਉਹ ਮੈਨੂੰ ਫੜਦੇ ਆ ਕੁੱਟਣ ਲੱਗ ਪਏ, ਮੇਰਾ ਅੰਮ੍ਰਿਤ ਛਕਿਆ, ਕਿਸੇ ਨੇ ਜੁੰਡਿਆ ਤੋਂ ਫਾ ਲਿਆ, ਕਿਸੇ ਨੇ ਗਾਤਰੇ ਤੋਂ, ਕਿਸੇ ਨੇ ਸਲਵਾਰ, ਕਿਸੇ ਨੇ ਬੇਪੜਦ ਕਰਕੇ ਉਹਨਾਂ ਮੈਨੂੰ ਕੁੱਟਿਆ। ਮੈਂ ਆਪਦੀ ਦਰਾਣੀ ਦੇ ਮਗਰ ਲੁਕੀ, ਉਹਨੇ ਮੈਨੂੰ ਛਡਾਇਆ। ਇਹ ਸਮੈਕ ਵੇਚਦਾ, ਸਲੂਨ ਇਹਨੇ ਪਾਇਆ, ਇੰਨੀ ਸਮੈਕ ਵੇਚਦਾ ਗੁੰਡਾ। ਇਹ ਕਹਿੰਦਾ ਮੇਰਾ ਤਾਂ ਛਣਕਣਾ ਵੀ ਨਹੀਂ ਤੂੰ ਪਟਾ ਸਕਦੀ ਗੀ, ਜਿੱਥੇ ਮਰਜ਼ੀ ਭੱਜ ਲੈ, ਇੰਨਾ ਕਹਿੰਦਾ ਮੈਂ ਜੇਬ 'ਚ ਪਾ ਕੇ ਘੁੰਮਦਾ। ਅਸੀਂ ਠਾਣੇ ਗਿਆ, ਠਾਣੇ ਵਾਲਿਆਂ ਸਾਡੀ ਕੋਈ ਨਹੀਂ ਸੁਣੀ ਗੀ। ਕੌਣ ਹੈ, ਕੌਣ ਤੁਹਾਡੇ ਖਿਲਾਫ? ਉਹ ਮੇਰੇ ਦਿਓਰ ਜੇਠਾ ਸ਼ਰੀਕੇ 'ਚ, ਹਾਂਜੀ ਦਿਓਰ ਆ, ਦੋਵੇਂ ਭਰਾਵਾਂ ਨੇ ਕੁੱਟਿਆ ਸੀ। ਹੋਰ ਜਿਹੜੇ ਆਣ ਪਛਾਤੇ ਉਹਨਾਂ ਦਾ ਨਹੀਂ ਮੈਨੂੰ ਪਤਾ, ਪਹਿਲਾਂ ਮੈਨੂੰ ਕੁੱਟਿਆ, ਬਾਅਦ 'ਚ ਮੇਰੇ ਮੁੰਡੇ ਨੂੰ ਕੁੱਟਿਆ, ਸਾਡੇ ਦੋਵਾਂ ਦੇ ਫੋਨ ਵੀ ਮੰਨ ਦਿੱਤੇ ਆ। ਨਸ਼ੇ 'ਚ ਵੀ ਟੱਲੀ? ਹਾਂ ਨਸ਼ੇ 'ਚ ਟੱਲੀ ਸੀ, 100 ਕਿੱਲਾ ਪੈਲੀ ਨਸ਼ਾ ਪਿਆ ਪਿਆ ਕੇ ਲੋਕਾਂ ਤੋਂ ਖਰੀਦੀ ਜਾਂਦੇ ਆ। ਵਾਧੂ ਵੇਚਦਾ, ਅੱਗੇ ਨਹੀਂ ਮੈਂ ਫੜਾਇਆ ਸੀ, ਅੱਜ ਮੈਂ ਲਿਖਾਤਾ ਸਭ ਕੁਛ। ਸਰਕਾਰ ਤਾਂ ਕਹਿ ਰਹੀ ਨਸ਼ਾ ਖਤਮ ਕਰਤਾ, ਇਹ ਕੋਈ ਖਤਮ ਨਹੀਂ ਹੋਇਆ ਗਾ, ਉਹਦੇ ਲਈ ਤਾਂ ਕੋਈ ਖਤਮ ਨਹੀਂ ਹੋਇਆ। ਅੱਗੇ ਮੇਰਾ ਉਹਨੇ ਝੂਠਾ ਨਾ ਲਿਆ ਸੀ, ਅੱਜ ਲਿਖਾਤਾ ਮੈਂ ਸਭ ਕੁਛ। ਸ਼ਿੰਗਾਰਾ ਇੰਨਾ ਨਸ਼ਾ ਵੇਚਦਾ, ਤਰਨ ਤਰਨ ਗੁਰਮੀਤ ਵੀ ਲੈ ਕੇ ਜਾਂਦੀ, ਉਹ ਵੀ ਬੜਾ ਨਸ਼ਾ ਇਹਨਾਂ ਤੋਂ ਵੇਚਦੀ, ਜਿਹਨੇ ਮੈਨੂੰ ਘਟਾਇਆ। ਨਾ ਮੇਰੇ ਦਿਓਰ ਦਾ ਉਹਦੇ ਕੋਲ ਸਰਟੀਫਿਕੇਟ ਮੌਤ ਦਾ, ਨਾ ਕੁੜੀਆਂ ਦਾ ਇੱਥੋਂ ਜਨਮ ਕੋਈ ਸਰਟੀਫਿਕੇਟ, ਨਾ ਕੋਈ ਉਹਨਾਂ ਦਾ ਕੁੜੀਆਂ ਦਾ ਇੱਥੋਂ ਦਾ ਆਧਾਰਨ ਕਾਰਡ। ਅਤੇ ਹੁਣ ਸਾਨੂੰ ਕੀਤਾ, ਮੇਰੇ ਦਿਓਰ ਦੀਆਂ ਕੁੜੀਆਂ ਕਿੰਦੀਆਂ ਕੁੜੀਆਂ ਨੇ, ਅਤੇ ਮੇਰੇ ਨਾਲ ਕੁਛ ਵੀ ਨਹੀਂ ਹੈਗਾ। ਮੈਂ ਤਾਂ ਇੱਥੇ ਬੈਠੀ, ਮੇਰਾ ਬੰਦਾ ਮਰ ਗਿਆ, ਕਿੱਡੇ ਕਿੱਡੇ ਮੇਰੇ ਜਵਾਕ ਮੈਨੂੰ ਆਉਂਦੇ, ਤੇਰਾ ਇੱਥੇ ਕੁਛ ਨਹੀਂ ਹੈਗਾ। ਅਤੇ ਮੈਂ ਤਾਂ ਫਿਰ ਵੀ ਇਹਨੂੰ ਇੱਥੇ ਲੈ ਕੇ ਬੈਠੀ, ਉਹਨੇ ਤੀਜਾ ਖਸਮ ਕਰ ਲਿਆ, ਇਹਨਾਂ ਦੀ ਸ਼ਹਿ ਤਾਂ ਮੈਨੂੰ ਘਟਾ ਕੇ ਗਈ ਹੈ। ਅਤੇ ਆਹ ਵੇਖ ਲਓ, ਮੇਰੇ ਲੀੜੇ ਪਾੜ ਪੂੜ ਕੇ ਬੇਰਾ ਵੀ ਕੀਤੀ, ਬੇਪੜ ਦੇ ਕਰਕੇ ਸ਼੍ਰੀ ਸਾਹਿਬ ਨੇ ਬਹੁਤ ਧੱਕਾ ਕੀਤਾ। ਮੇਰਾ ਗਾਤਰਾ ਦੂਜਾ ਤੋੜਤਾ, ਵਾਲ ਮੇਰੇ ਖਿਲਾਫ, ਅਤੇ ਗਾਤਰਾ ਮੇਰਾ ਮਤਲਬ ਕਛਹਿਰਾ ਵੀ ਸਾਰਾ ਪਾੜਤਾ, ਕੱਪੜੇ ਮੇਰੇ ਪਾੜਤੇ। ਜੇ ਮੇਰੀ ਨੂੰਹ ਨੇ ਆ ਕੇ ਮੇਰੇ ਉੱਤੇ ਲੀੜਾ ਪਾਉਣ ਦੀ ਕੋਸ਼ਿਸ਼ ਕੀਤੀ, ਮੇਰੀ ਨੂੰਹ ਦੇ ਮਗਰ ਲੱਗ ਗਏ ਰੱਜੇ ਸਮੈਕ ਦੇ, ਮੇਰੀ ਨੂੰਹ ਭੱਜ ਕੇ ਅੰਦਰ ਵੜ ਕੇ ਲੁਕੀ। ਬਹੁਤ ਜਾਨਵਰਾਂ ਨੇ ਐਡੀਆਂ ਐਡੀਆਂ ਲਾਸ਼ਾਂ ਮੇਰੇ ਪੱਟਾਂ 'ਤੇ, ਤੁਸੀਂ ਵੇਖ ਹੀ ਲਈਆਂ, ਮੇਰੇ ਤੋਂ ਤੁਰਿਆ ਨਹੀਂ ਗਿਆ। ਅਤੇ ਜਿਹੜਾ ਮੇਰਾ ਮੁੰਡਾ, ਉਹਦੇ ਵੀ ਐਡੇ ਐਡੇ ਪੱਟ ਆ, ਉਹ ਘਰੇ ਪਿਆ ਵਿਲਕਣ ਡਿਆ, ਬਗਰ ਔਰ ਉਹ ਆਇਆ ਮੁੰਡਾ ਮੇਰਾ, ਇਹਨੇ ਮੈਨੂੰ ਪਰਸੋਂ ਲਿਆ ਕੇ ਇੱਥੇ ਦਾਖਲ ਕੀਤਾ, ਸਾਡੀ ਕਿਸੇ ਨਹੀਂ ਸੁਣੀ ਗੀ। ਪੁਲਿਸ ਨੂੰ ਕੋਈ ਪਹਿਲਾਂ ਵੀ ਸ਼ਿਕਾਇਤਾਂ ਕੀਤੀਆਂ? ਬਹੁਤ ਕੀਤੀਆਂ ਸੀ, ਅਸੀਂ 1,00,000 ਰੁਪਈਏ ਦਾ ਪਹਿਲਾਂ ਇਹਨਾਂ ਸਾਡੇ ਨਾਲ ਜੁਰਮਾਨਾ ਰੱਖਿਆ ਸੀ, ਜਿਹੜਾ ਪਹਿਲਾਂ ਪਹਿਲ ਕਰੂ 1,00,000 ਲੈਣਾ ਦੇਣਾ, ਅਤੇ ਸਾਡੇ ਕੋਲ ਹਾਲੇ ਪਰਚਾ ਪਿਆ। ਇਹਨਾਂ ਸਾਡੇ ਨਾਲ ਛੇੜਛੇੜ ਕੀਤੀ ਆ, ਇਹ ਅਸੀਂ ਗਾਲ ਦੇ ਦਈਏ, ਸਾਡੀ ਗਾਲ ਦਾ ਮੁੱਲ ਇਹ ਬੰਦਾ ਮਾਰ ਦੇਣ, ਇਹਨਾਂ ਦਾ ਕੋਈ ਮੁੱਲ ਨਹੀਂ ਪਾ ਸਕਦਾ। ਤੁਹਾਡੇ ਨਾਲ ਕੋਈ ਜਾਤੀ ਕਰੇ ਸ਼ਬਦਾਵਲੀ ਦਿੰਦੀ? ਹਾਂਜੀ। ਕੀ ਬੋਲਿਆ ਜਾਤੀ ਕਰੇ? ਹਾਂਜੀ ਹਾਂਜੀ, ਗੰਦੀਆਂ ਗਾਲਾਂ ਦਿੰਦੇ, ਮੈਂ ਦੱਸ ਹੀ ਨਹੀਂ ਸਕਦੀ ਤੁਹਾਨੂੰ ਕੀ ਕਹਿੰਦੇ, ਜਿਹੜੀਆਂ ਮੈਨੂੰ ਇਹ ਗੱਲਾਂ ਕਹਿੰਦੇ ਰਹਿੰਦੇ, ਤੂੰ ਸਾਡਾ ਆਹ ਫੜ ਆਹ ਫੜ, ਮੈਂ ਅਗਾਂਹ ਕੁਛ ਬੋਲ ਨਹੀਂ ਸਕਦੀ। ਜਾਤੀ ਬਾਰੇ ਵੀ ਨਹੀਂ ਭਾਅ ਜੀ ਕੀ ਕਹਿਣਾ, ਹੁਣ ਕਾਰਵਾਈ ਕੀ ਮੰਗ ਕਰਦੇ? ਹੁਣ ਤੁਹਾਨੂੰ ਪਤਾ ਹੀ ਹੈ ਜੋ ਤੁਸੀਂ ਕਰ ਸਕਦੇ, ਕਾਰਵਾਈ ਇਹਨੂੰ ਸਖ਼ਤ ਸਜ਼ਾ ਹੋਣੀ ਚਾਹੀਦੀ, ਇਹ ਤਾਂ ਗੁੰਡਾ ਬਣਿਆ ਫਿਰਦਾ, ਅਤੇ ਮੇਰੇ ਇਹ ਤਾਂ ਕੋਈ ਸੁਣਾਈ ਨਹੀਂ ਹੁੰਦੀ। ਫਿਰ ਉਹ ਕਹਿੰਦਾ ਜਿੱਥੇ ਮਰਜ਼ੀ ਭੱਜ ਲਾ, ਮੇਰੇ ਕੋਲ 100 ਕਿੱਲਾ, ਤੇਰੇ ਕੋਲ ਕੀ, ਅਤੇ ਮੇਰੇ ਕੋਲ ਤਾਂ 1 ਕਿੱਲਾ, ਮੈਂ ਉਹਦੀ ਬਰੋਬਰੀ ਕਿੱਥੋਂ ਕਰੂੰਗੀ? ਤੁਸੀਂ ਆਪ ਸਿਆਣੇ ਹੁਣ ਕਾਰਵਾਈ ਦੀ ਮੰਗ ਕਰਦੇ ਹੋਣਗੇ ਜੀ? ਹਾਂ। ਕਿੰਨੇ ਪਰਿਵਾਰ ਦੇ, ਕਿੰਨਾ ਕਿੰਨਾ ਜਾਣਾ? ਮਤਲਬ ਉਹਨਾਂ ਦੇ ਤਾਂ ਮੇਰੀ ਦਰਾਣੀ ਅਤੇ ਜਿਹੜੀ ਲਾ ਕੇ ਉਂਗਲਾ ਉਹਨਾਂ ਨੂੰ ਲਿਆਈ ਸੀ, ਜਿਹੜੀ ਠਾਣਾ ਬੰਨ ਕੇ ਗਈ, ਉਹ ਮੱਲਾਂ ਵਿੱਚ ਰਹਿਣ ਵਾਲੀ ਉੱਧਰ ਦੀ, ਉਹ ਤਰਨ ਤਾਰਨ ਦੇ ਰਹਿਣ ਵਾਲੀ ਆ, ਮੰਮੀ ਹੈ ਮੇਰੇ, ਵਿਧਵਾ ਹੈ। ਹਾਂ, ਕਿਸ ਤਰ੍ਹਾਂ ਕੁੱਟਮਾਰ ਇਹਨਾਂ ਦੀ ਇੰਨੀ ਬੇਰਹਿਮੀ ਨਾਲ ਹੋਈ, ਕੀ ਕਾਰਨ? ਕਾਰਨ ਜ਼ਮੀਨ ਦਾ ਝਗੜਾ ਸੀ ਜੀ, ਮਤਲਬ ਚਾਚੀ ਦੇ ਕੁੜੀਆਂ ਦੇ ਨਾਂ 'ਤੇ ਜ਼ਮੀਨ ਸੀ, ਆਪਦੇ ਸਿੱਧੀ ਵੇਚ ਕੇ ਚਲੀ ਗਈ ਇੱਥੋਂ, ਅਤੇ ਜਿਹੜੀਆਂ ਕੁੜੀਆਂ ਸੀ ਉਹ ਵੀ ਗਾਂਹ ਕਿਸੇ ਕੋਲ ਦਿੱਤੀਆਂ ਹੋਈਆਂ, ਅਤੇ ਛੋਟੇ ਬਿੱਲੀ ਨੇ ਇੰਨਾ ਕਿਹਾ ਵੀ ਚਾਚੀ ਕੁੜੀਆਂ ਦਾ ਆਧਾਰ ਕਾਰਡ ਦੇ ਦੇ, ਅਸੀਂ ਉਹਨਾਂ ਨਾਲ ਨਾਲੇ ਅਕਾਊਂਟ ਨੰਬਰ ਦੇ ਦੇ, ਖਾਤੇ 'ਚ ਪੈਸੇ ਪਾ ਦਿੰਦੇ ਹਾਂ। ਅਤੇ ਉਹਨੇ ਗਾਲੀ ਗਲੋਚ ਕੀਤਾ ਆਪਸ ਵਿੱਚ,
ਹੋਇਆ ਅਤੇ ਕਹਿੰਦੀ ਨਹੀਂ ਮੈਂ ਪੈਲੀ ਤੁਹਾਨੂੰ ਦਿੰਦੀ ਨਹੀਂ ਮੈਂ ਸ਼ਿੰਗਾਰੇ ਨੂੰ ਦੇ ਕੇ ਜਾਣੀ ਹੈ ਪੈਲੀ ਆਣ ਕੇ ਅਤੇ ਦੂਜੇ ਤੀਜੇ ਦਿਨ ਆਣ ਕੇ ਉਹਨਾਂ ਨੂੰ ਪੈਲੀ ਵਿਭਾ ਤੀ ਪਹਿਲਾਂ ਠਾਣਾ ਬੰਨਿਆ ਮੱਲਾਲੇ ਵਾਲਾ 1,20,000 'ਚ ਉਹਨਾਂ ਨੂੰ ਗਹਿਣੇ ਕਰਕੇ ਚਲੀ ਗਈ ਪੈਲੀ ਅਤੇ ਪਹਿਲਾਂ ਠਾਣਾ ਬੰਨਿਆ ਮੱਲਾਲੇ ਵਾਲਾ ਫਿਰ ਇਹਨਾਂ ਦੇ ਘਰ ਉੱਥੇ ਜਦੋਂ ਪੈਲੀ ਵਾਹੁਣ ਗਏ ਨੇ 15-20 ਨਾਲ ਲੈ ਕੇ ਦੋ ਟਰੈਕਟਰ ਲੈ ਕੇ ਗਏ ਅਤੇ ਮੰਮੀ ਨੇ ਇੰਨੀ ਗੱਲ ਕਹੀ ਜਾ ਕੇ ਵੀ ਉਹਨੂੰ ਕਿਹਾ ਵੀ ਜਾ ਕੇ ਵੀ ਆਪਦੀ ਪੈਲੀ ਜਿਹੜੀ ਗਹਿਣੇ ਦਿੱਤੀ ਉਹ ਹੀ ਵਹਾਈ ਸਾਡੀ ਨਾ ਵਹਾਈ ਅਤੇ ਇਹਨਾਂ ਦੂਜੀ 'ਚ ਵੀ ਟਰੈਕਟਰ ਜੋੜ ਲਿਆ ਸੀ ਉਹਨਾਂ ਨਾਲ ਕੁਛ ਅੱਗੇ ਵੇਖਿਆ ਨਾ ਪਿੱਛੇ ਵੇਖਿਆ ਉਹਨਾਂ ਉੱਥੇ ਫੜ ਕੇ ਢਾਲਿਆ ਨੂੰ ਪੈਣ ਦੇ ਜਿੱਥੇ ਪੈਂਦੀਆਂ ਫਿਰ ਹਾਂਜੀ ਬਹੁਤ ਜ਼ਿਆਦਾ ਮਤਲਬ ਬੇਪੜਦ ਕਰਕੇ ਕੁੱਟਿਆ ਜੀ ਬੜੀ ਜ਼ਿਆਦਾ ਕੇਸਾਂ ਦੀ ਕਿ ਉੱਥੇ ਜਾ ਕੇ ਤੁਸੀਂ ਖੇਤ 'ਚ ਵੇਖੋਗੇ ਨਾ ਉਤਰਾਂ ਵਾਲ ਪਏ ਨਾ ਉਤਰਾਂ ਗਾਤਰਾ ਵੀ ਉੱਥੇ ਪਿਆ ਹੈ ਕੱਪੜੇ ਚਲੋ ਘਰ ਚੁੱਕੇ ਲੈ ਗਏ ਸੀ ਅਤੇ ਛੋਟਾ ਬੇਲੀ ਪਿੰਡ ਨੂੰ ਗਿਆ ਸੀ ਉਹਨੇ ਆਣ ਕੇ ਜਦੋਂ ਇਹਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਫੜ ਕੇ ਉਹਨੂੰ ਵੀ ਨਾਲ ਹੀ ਢਾਲਿਆ ਦੋਵਾਂ ਦੇ ਫੋਨ ਫੜ ਕੇ ਭੰਨ ਤੇ ਉਹਨਾਂ ਸਗੋਂ ਉਹਨਾਂ ਨੇ ਇਹਨਾਂ ਦੀ ਕੁੱਟਦਿਆਂ ਦੀ ਫੋਨ ਦੇ ਵਿੱਚ ਆਪਦੇ ਵਿੱਚ ਵੀਡੀਓ ਬਣਾਈ ਹੈ ਅਤੇ ਮੈਂ ਹਾਂਜੀ ਉਹਨਾਂ ਨੇ ਕੁੱਟਦਿਆਂ ਨੇ ਵੀਡੀਓ ਬਣਾਈ ਸੀ ਅਤੇ ਇਹਨਾਂ ਦਰਖਾਸਤ ਦਰਖੂਸ਼ ਦਿੱਤੀ ਸੀ ਉੱਥੇ ਨਾ ਕਿਸੇ ਵੀ ਚਲੋ ਪੈਲੀ ਦਾ ਆਪਾਂ ਮਸਲਾ ਛੱਡ ਦਿੰਦੇ ਹਾਂ ਜਿਹੜੀ ਕੁੱਟਮਾਰ ਕੀਤੀ ਉਹਦਾ ਕੋਈ ਇਨਸਾਫ ਮਿਲਣਾ ਚਾਹੀਦਾ ਕਿ ਨਹੀਂ ਮਿਲਣਾ ਚਾਹੀਦਾ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਅੱਜ ਤੱਕ ਕੋਈ ਕਿਸੇ ਨੇ ਕੋਈ ਥਾਣੇ ਵਾਲੇ ਨੇ ਕਿਸੇ ਨੇ ਇਹਨੂੰ ਹੱਥ ਨਹੀਂ ਪਾਇਆ ਗਾ ਮੈਂ ਬੰਗਲੌਰ ਸੀ ਬੰਗਲੌਰ ਤੋਂ ਆਇਆ ਆਣ ਕੇ ਇਹਨਾਂ ਨੂੰ ਮੈਂ ਜਿੱਥੇ ਭੱਜਣਾ ਸੀ ਮੇਰੇ ਤੋਂ ਜਿੰਨਾ ਕੁ ਮੋਨਾ ਕੁ ਭੱਜਿਆ ਪਹਿਲਾਂ ਜੀਰੇ ਲੈ ਗਿਆ ਜੀਰੇ ਨਾਲ ਦਾਖਲ ਨਹੀਂ ਕੀਤਾ ਫਿਰ ਇੱਥੇ ਅੱਗੇ ਰੈਫਰ ਜੀਰੇ ਪਹਿਲਾਂ ਮਲਾਲੇ ਲਾਸ਼ਾਂ ਪਈਆਂ ਜਾਨਵਰਾਂ ਭਾਅ ਜੀ ਇੰਚੀ ਟੈਪ ਨਾਲ ਲਾਸ਼ਾਂ ਮਿਣ ਕੇ ਤੁਸੀਂ ਵੇਖ ਲਓ ਜਾਨਵਰਾਂ ਤੋਂ ਬਦਤਰ ਇਹ ਤਾਂ ਆਪਦੇ ਪੈਰਾਂ 'ਤੇ ਨਹੀਂ ਖੜੀ ਉਹ ਸਰਦੀ ਸਾਰੇ ਸਰੀਰ ਦੀਆਂ ਸਾਰ ਲੱਤਾਂ ਤੋਂ ਲੈ ਕੇ ਗਿੱਟਿਆਂ ਤੱਕ ਸਾਰੀਆਂ ਹੱਡੀਆਂ ਕਰੈਕ ਆ ਜੀ 15-20 ਜਣੇ ਸੀ ਜੀ ਹਾਂਜੀ ਅਣਪਛਾਤੇ ਬੰਦੇ ਸੀ ਨਸ਼ੇ ਨਾਲ ਜਾ ਕੇ ਲੈ ਕੇ ਆਏ ਸੀ ਇੰਨਾ ਕੁ ਜ਼ਿਆਦਾ ਕੁੱਟਿਆ ਕਿ ਛੱਡ ਗੱਲਾਂ ਦੋ ਹੁਣ ਮੰਗ ਕੀ ਹੈ ਜਮਾਨੇ ਕੇ ਚਲੋ ਭਾਅ ਜੀ ਉੱਥੇ ਇੱਕ ਅਭੀ ਨੇ ਵੀ ਮੰਨ ਕੇ ਚਲੋ ਵੀ ਉੱਥੇ ਇਹਨਾਂ ਦੇ ਥਾਂ ਟਕਾਂ ਮਰ ਵੱਜਦੀ ਮਰ ਜਾਂਦੇ ਅਤੇ ਉੱਥੇ ਕੌਣ ਜ਼ਿੰਮੇਵਾਰ ਸੀ ਮੈਂ ਉੱਥੋਂ 6 ਦਿਨ ਆਣ ਕੇ ਇਹਨਾਂ ਨੂੰ ਮੈਂ ਘਰ ਆ ਕੇ ਚੁੱਕਿਆ ਫਿਰ ਇਹਨਾਂ ਨੂੰ ਮੈਂ ਇੱਥੇ ਲੈ ਕੇ ਆਇਆ ਹੈ ਅਤੇ ਫਿਰ ਮੈਂ ਹੀ ਇੱਥੇ ਤੱਕ ਇਹਨਾਂ ਨੂੰ ਪਹੁੰਚਾਇਆ ਹੈ ਜੇ ਮੈਂ ਨਾ ਹੁੰਦਾ ਤਾਂ ਅੱਜ ਤਾਂ ਇਹਦਾ ਤਾਂ ਕਿਸੇ ਨੇ ਵੀ ਕੋਈ ਕਾਰਵਾਈ ਨਹੀਂ ਕਰਨੀ ਸੀ ਜੇ ਕਿਸੇ ਥਾਣੇ 'ਚ ਦਿੰਦੇ ਆ ਉਹ ਵੀ ਗਏ ਥਾਣੇ ਉੱਥੇ ਮੁਨਸ਼ੀ ਆ ਇੱਕ ਮੁਨਸ਼ੀ ਨੇ ਬੇ ਠੋਕ ਕੇ ਜਵਾਬ ਦਿੱਤਾ ਕਹਿੰਦਾ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ ਜਿੱਥੇ ਮਰਜ਼ੀ ਭੱਜ ਲਓ ਬਹੁਤ ਜ਼ਿਆਦਾ ਜੀ ਥਾਣਾ ਬੰਨ ਕੇ ਫਿਰ ਜਾ ਕੇ ਸਾਰਾ ਕੁਛ ਕੀਤਾ ਪੈਸਾ ਬਹੁਤ ਜ਼ਿਆਦਾ ਕਹਿੰਦਾ ਤੇਰੇ ਵਰਗੀਆਂ ਤਾਂ ਪਤਾ ਨਹੀਂ ਮੈਂ ਕਿੰਨੀਆਂ ਕੁ ਬੁੱਚ ਰੱਖ ਤੁਰੀਆਂ ਫਿਰਦਾ ਕਹਿੰਦਾ ਮੈਂ ਕਦਾ ਮਾਰ ਵੀ ਦਊਂ ਮੇਰਾ ਕੁਛ ਨਹੀਂ ਹੋ ਸਕਦਾ ਗਾ ਮੈਂ ਤਾਂ ਕਹਿੰਦਾ ਇਹੋ ਜਿਹੇ ਨੂੰ ਜ਼ਬਾਨ ਤਾਂ ਨਾ ਮੁਲਾਕਾਤ ਨਹੀਂ ਹੋਣੀ ਚਾਹੀਦੀ ਇਹੋ ਜਿਹੇ ਦੀ ਤਾਂ ਇਹ ਤਾਂ 206 ਧਾਰਾ ਲੱਗਣੀ ਚਾਹੀਦੀ ਆ ਉਹਦੀ ਜ਼ਬਾਨ ਤਾਂ ਨਹੀਂ ਹੈਗੀ ਗੀ ਇੰਨੀ ਕੁ ਇਹਨਾਂ ਨੂੰ ਕੁੱਟਮਾਰ ਕੀਤੀ ਆ ਕਿ ਤੁਸੀਂ ਕਹੋ ਕਿ ਕੀ ਕਹਿ ਸਕਦੇ ਆ ਹੁਣੇ ਐਕਸਰੇ ਕਰਵਾ ਕੇ ਲਿਆਇਆ ਕੱਲ੍ਹ ਨੂੰ ਐਕਸਰੇ ਆ ਗਏ ਤੁਸੀਂ ਐਕਸਰੇ ਦੀਆਂ ਫੋਟੋਆਂ ਆ ਕੇ ਦੇਖ ਸਕਦੇ ਸਾਰੇ ਸਰੀਰ ਦੀਆਂ ਹੱਡੀਆਂ ਕਰੈਕ ਹੋਈਆਂ ਪਈਆਂ ਸਾਰੀਆਂ ਏ ਟੂ ਜੈਡ ਮੰਨ ਕੇ ਚਲੋ ਅਸੀਂ ਕਹਿੰਦੇ ਹਾਂ ਇਹ ਕਹਿਣਗੇ ਵੀ ਘਰੇ ਕੁੱਟਿਆ ਅਸੀਂ 1-2 ਹੱਡੀਆਂ ਕਰੈਕ ਕਰ ਸਕਦੇ ਹਾਂ ਸਾਰੀਆਂ ਤਾਂ ਨਹੀਂ ਕੁੱਟ ਸਕਦੇ ਕਿਹੜਾ ਇਹੋ ਜਿਹਾ ਲਾ ਦੂਗੀ ਜਿਹੜੀ ਆਪਣੇ ਮਾਂ ਪਿਓ ਨੂੰ ਕੁੱਟੂਗਾ ਮਸਲਾ ਜੀ ਇਹ ਜੋ ਕਿ ਬੀਬੀ ਜਸਵਿੰਦਰ ਕੌਰ ਪਿੰਡ ਰੁਕਣੇ ਵਾਲਾ ਜੀ ਮੱਲਾਂ ਵਾਲੇ ਨਜ਼ਦੀਕ ਪੈਂਦਾ ਇਸ ਪਰਿਵਾਰ ਨੇ ਸਾਡੇ ਨਾਲ ਜੋ ਕਿ ਗੱਲਬਾਤ ਕੀਤੀ ਕੁਛ ਕੁ ਦਿਨ ਪਹਿਲਾਂ 23 ਦੀ ਗੱਲ ਹੈ ਜੋ ਕਿ ਇਹਨਾਂ ਇਹ ਪਰਿਵਾਰ ਜਿਹੜਾ ਸੀ ਜ਼ਮੀਨ ਵਾਹ ਰਿਹਾ ਸੀ ਆਪਦੇ ਸ਼ਰੀਕੇ ਦੀ ਠੀਕ ਹੈ ਸ਼ਰੀਕੇ ਦੀ ਬਿਲਕੁਲ ਜ਼ਮੀਨ ਸਹੀ ਤਰੀਕੇ ਨਾਲ ਵਾਹ ਰਿਹਾ ਸੀ ਅਤੇ ਠੇਕਾ ਵੀ ਉਹਨਾਂ ਨੂੰ ਦੇ ਰਹੇ ਸੀ ਪਰ ਉਹ ਪਰਿਵਾਰ ਨੇ ਕੀ ਕੀਤਾ ਉਹਨਾਂ ਨੇ ਜ਼ਮੀਨ ਆਪਦੀ ਦੇ ਤੀ ਕਿਸੇ ਨੂੰ ਗਹਿਣੇ ਅਤੇ ਇਹਨਾਂ ਨੇ ਇਹੀ ਉਹਨਾਂ ਨੂੰ ਕਿਹਾ ਵੀ ਆਣ ਕੇ ਤੁਸੀਂ ਇਹੀ ਕਰੋ ਤੁਸੀਂ ਨਾਲੇ ਸਾਨੂੰ ਜ਼ਮੀਨ ਦੇ ਦਿਓ ਅਤੇ ਨਾਲੇ ਜਿਹੜਾ ਠੇਕਾ ਬਣਦਾ ਅਤੇ ਤੁਸੀਂ ਆਪਦਾ ਸਾਨੂੰ ਖਾਤਾ ਨੰਬਰ ਦੇ ਦਿਓ ਅਤੇ ਅਸੀਂ ਉਹਦੇ 'ਤੇ ਪੇਮੈਂਟ ਪਾ ਦਿੰਦੇ ਹਾਂ ਅਤੇ ਪੇਮੈਂਟ ਦੇ ਪਾਉਣ ਦੇ ਬਾਵਜੂਦ ਉਹਨਾਂ ਨੇ ਇਹਨਾਂ ਨਾਲ ਗਾਲੀ ਗਲੋਚੀ ਕਰਨਾ ਸ਼ੁਰੂ ਕਰ ਦਿੱਤਾ ਮਾੜਾ ਚੰਗਾ ਬੋਲ ਬੋਲਿਆ ਅਤੇ ਉਹਨਾਂ ਨੇ ਪਿੰਡ ਦੇ ਜਿਹੜੇ ਬੰਦੇ ਜਿਨ੍ਹਾਂ ਨੂੰ ਜ਼ਮੀਨ ਦਿੱਤੀ ਸੀ ਅਤੇ ਜਿਹੜਾ ਕਿ ਇਹਨਾਂ ਦਾ ਦਿਓਰ ਲੱਗਦਾ ਸ਼ਰੀਕੇ ਵਿੱਚੋਂ ਦਿਓਰ ਲੱਗਦਾ ਅਤੇ ਉਹ ਕਿ ਨਸ਼ੇ ਦਾ ਵੀ ਕੰਮ ਕਰਦਾ ਹੁਣ ਜਿਵੇਂ ਤੁਹਾਨੂੰ ਪਤਾ ਵੀ ਜਿਹੜਾ ਨਸ਼ੇ ਦਾ ਕੰਮ ਕਰਦਾ ਹੋਵੇ ਉਹਦੇ ਕੋਲ ਵੈਸੇ ਵੀ ਬੰਦੇ ਗੁੰਡੇ ਬੜੇ ਹੁੰਦੇ ਨੇ ਠੀਕ ਨਹੀਂ ਗੁੰਡੇ ਬੜੇ ਹੁੰਦੇ ਨੇ ਉਹ ਪਿੱਛੇ ਵੀ ਇਹਨਾਂ ਦਾ ਰੰਜਿਸ਼ ਇਹੀ ਚੱਲ ਰਹੀ ਸੀ ਪਿੱਛੇ ਜਾਂ ਵੀ ਉਹਨਾਂ ਕੋਲ ਸਮੈਕ ਬਰੀਚੀ ਸੀ ਉਹ ਪੋਸਟ ਬਰੀਚਾ ਹੀ ਕਾਫੀ ਕਹਿੰਦੇ ਨੇ ਉਹ ਇਹਨਾਂ ਦੇ ਦੱਸਣ ਦੇ ਮੁਤਾਬਕ ਪੋਸਟ ਬਰੀਚਾ ਸੀ ਅਤੇ ਉਹ ਇਹਨਾਂ ਨੇ ਜਦੋਂ ਬਰੀਚਾ ਸੀ ਅਤੇ ਉਹਨਾਂ ਨੇ ਇਹਨਾਂ ਸ਼ੱਕ ਕੀਤਾ ਇਹਨਾਂ ਦੇ ਰੰਜਿਤ ਦਿੰਦਾਰ ਇਹਨਾਂ ਨੇ ਉਹਨਾਂ ਨੇ ਆਖਿਆ ਵੀ ਨਸ਼ਾ ਸਾਡਾ ਇਹਨਾਂ ਨੇ ਫੜਾਇਆ ਮੈਂ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦਾ ਵੀ ਜੇ ਅੱਜ ਕੱਲ੍ਹ ਕੋਈ ਗਲਤ ਕੰਮ ਕਰਦਾ ਨਸ਼ੇ ਦਾ ਕੰਮ ਕਰਦਾ ਜੇ ਅਸੀਂ ਉਹਨੂੰ ਸੁਧਾਰਨਾ ਚਾਹੁੰਦੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਦੇ ਹਾਂ ਸਿਰੋਂ ਉਹਨਾਂ ਦੇ ਕਾਰਵਾਈ ਹੋਣ ਦੇ ਬਾਵਜੂਦ ਵੀ ਅਤੇ ਜੇ ਉਹ ਗੁੰਡਿਆਂ ਨੂੰ ਸਿਰੋਂ ਸ਼ਹਿ ਦਿੱਤੀ ਜਾਂਦੀ ਹੈ ਅਤੇ ਵੀ ਗੁੰਡਿਆਂ ਨੂੰ ਸ਼ਹਿ ਇਹ ਦਿੱਤੀ ਜਾਂਦੀ ਹੈ ਵੀ ਇਹਨਾਂ ਨੇ ਦੱਸਿਆ ਅਤੇ ਇਹਨਾਂ ਨੂੰ ਫੜ ਕੇ ਮਾਰਿਆ ਜਾਵੇ ਅਤੇ ਜਿਹੜੇ ਨਸ਼ਾ ਕਰਦੇ ਉਹਨਾਂ ਨੂੰ ਸਿਰੋਂ ਹੋਰ ਕਰਦੇ ਤੇ ਉਹੀ ਮਸਲਾ ਲੈ ਕੇ ਅੱਜ ਵੀ ਜਿਹੜੇ ਇਸ ਪਰਿਵਾਰ ਦੇ ਉਹਨਾਂ ਨੇ 20-25 ਬੰਦੇ ਆਏ ਨੇ ਜਿਨ੍ਹਾਂ ਨੇ 2 ਟਰੈਕਟਰ ਅਤੇ ਟਰਾਲੀਆਂ ਦੇ ਵਿੱਚ ਭਰ ਕੇ ਆਏ ਨੇ ਬੰਦੇ ਉਹਨਾਂ ਨਾਲ ਕੇ ਇਹਨਾਂ ਦੇ ਪਰਿਵਾਰ ਦੇ ਨਾਲ ਚੰਗੀ ਕੁੱਟਮਾਰ ਕੀਤੀ ਜੋ ਕਿ ਬੀਬੀ ਦੇ ਕੇਸਾਂ ਦੀ ਬੇਅਦਬੀ ਕੀਤੀ ਮੈਂ ਵੇਖ ਲਿਆ ਸਾਰਾ ਕੁਛ
इन्हां लत्तां बाहां काफ़ी छिलियां गई ने, बाँह से सट लगी है, केस इन्हां नूं पट के इन्हां दे श्री साहिब की बेइज्जती की है। तो मैं पुलिस प्रशासन से यही मंग करदा कि इस बीबी के नाल असी सारिया सिख जथेबंदियां सिख स्टूडेंट फैडरेशन मैहता आल इंडिया सिख स्टूडेंट फैडरेशन मैहता सत्कार कमेटी लखबीर सिंह मालम श्री गुरु ग्रंथ साहिब सत्कार कमेटी के बाबा सतनाम सिंह वलियां वाले आई सारे जथेबंदियां जिन्हां भी एकजुट हो गए करके इस परिवार के नाल खड़े हाँ। अभी प्रशासन को यही मंग करते हैं भी जिहड़ा परिवार जिहड़ा दूसरा परिवार है इन्हां दे आण के गल पाया 452 धारा वह बनती चलती बनती है। जिहड़ी असीं मंग कर रहे हैं जिहड़े बीबी के केसां दी बेअदबी है 295 ए दी असीं मंग कर रहे हैं धारा ला के उन्हां नूं सख्त सज़ा सज़ावां दित्तियां जाण।